ਕੈਨੇਡਾ ਟੂਰਿਸਟ ਵੀਜ਼ਾ ਪਾਸਪੋਰਟ ਰਿਕੁਐਸਟ ਲੈਟਰ ਦੋਸਤੋ ਆ ਚੁਕੀਆਂ ਨੇ ਕੰਗ੍ਰੈਚੁਲੇਸ਼ਨਸ ਟੂ एवरीवन ਜੋ ਲੋਕ ਇੰਤਜ਼ਾਰ ਕਰ ਰਹੇ ਸੀਗੇ ਕਿ ਸਰ ਸਾਡੀ ਕੈਨੇਡਾ ਟੂਰਿਸਟ ਵੀਜ਼ਾ ਦਾ ਰਿਜ਼ਲਟ ਕਦੋਂ ਆਉਣਗੇ ਫਾਈਨਲੀ ਦੋਸਤੋ ਪਾਸਪੋਰਟ ਰਿਕੁਐਸਟ ਜਿੰਨੂੰ ਆਪਾਂ OPR ਵੀ ਬੋਲ ਦਿੰਦੇ ਹੁੰਦੇ ਆ ओरिजिनल ਪਾਸਪੋਰਟ ਰਿਕੁਐਸਟ ਲੈਟਰਸ ਆਣੀਆਂ ਸ਼ੁਰੂ ਹੋ ਗਈਆਂ ਹੋਈਆਂ ਟੂਰਿਸਟ ਵੀਜ਼ਾ ਦੀ ਮੈਂ ਗੱਲ ਕਰ ਰਿਹਾ ਆ ਬਿਕਾਜ਼ ਟੂਰਿਸਟ ਵੀਜ਼ਮ ਲੈ ਕੇ ਕਾਫੀ ਲੋਕੀ ਪਰੇਸ਼ਾਨ ਸੀਗੇ ਵੇਟ ਕਰ ਰਹੇ ਸੀ ਕਾਫੀ ਟਾਈਮ ਤੋਂ ਕਿ ਸਰ ਕਦੋਂ ਆਣਗੇ ਸਾਡੇ ਰਿਜ਼ਲਟ ਸੋ ਆਗਾਜ਼ ਦੋਸਤੋ ਹੋ ਚੁੱਕਾ ਹੈ ਟੂਰਿਸਟ ਵੀਜ਼ਾ ਦੇ ਰਿਜ਼ਲਟ ਆਣੇ ਸ਼ੁਰੂ ਹੋ ਗਏ ਨੇ ਪਾਸਪੋਰਟ ਰਿਕੁਐਸਟਾਂ ਪਲੱਸ ਰਿਫਿਊਜ਼ਲ ਲੈਟਰਸ ਦੋਨੋਂ ਹੀ ਚੀਜ਼ਾਂ ਦੋਸਤੋ ਆ ਰਹੀਆਂ ਨੇ ਸਾਡੀਆਂ ਚਾਰ ਅਪਰੂਵਲਾਂ ਜੋ ਹੈ ਸਤੰਬਰ ਦੇ ਐਂਡ ਦੇ ਵਿੱਚ ਆਈਆਂ ਹੈਗੀਆਂ ਬਟ ਦੋ ਰਿਫਿਊਜ਼ਲ ਲੈਟਰਸ ਵੀ ਆਈਆਂ ਨੇ ਜਿਹੜੀ ਅਪਰੂਵਲਸ ਆਈ ਹੈ ਇਹ ਚ ਇੱਕ ਅਪਰੂਵਲ ਦੀ ਮੈਂ ਗੱਲ ਕਰੂੰਗਾ ਕਿ ਇਨਾਂ ਦੀ ਫਾਈਲ ਸਬਮਿਟ ਹੋਈ ਸੀਗੀ 12 ਸਤੰਬਰ ਨੂੰ ਔਰ ਰਿਜ਼ਲਟ ਆਇਆ 29 ਸਤੰਬਰ ਨੂੰ ਨਵੇਂ ਪੋਰਟਲ 'ਚ ਨਹੀਂ ਹੋਈ ਸੀਗੀ ਹੋਟਲ ਬੁਕਿੰਗ ਤੇ ਹੋਈ ਸੀਗੀ ਔਰ ਪਰਸੰਦੀ ਪ੍ਰੋਫਾਈਲ ਸੀਗੀ ਜੌਬ ਦੀ ਨਾਰਮਲ ਆਈਟੀਆਰ ਬੈਂਕ ਸਟੇਟਮੈਂਟ ਉਹਨਾਂ ਦੀ ਸੈਲਰੀ ਆ ਰਹੀ ਸੀਗੀ ਟਰੈਵਲ ਹਿਸਟਰੀ ਨਾਰਮਲ ਸੀਗੀ ਲੋਕਲ ਕੰਟਰੀਜ਼ ਏਸ਼ੀਅਨ ਕੰਟਰੀਜ਼ ਸਿੰਗਾਪੁਰ ਮਲੇਸ਼ੀਆ ਪਲੱਸ ਦੁਬਈ ਚਾਈਨਾ ਇਦਾਂ ਦੇ ਕੰਟਰੀਜ਼ ਦੀ ਟਰੈਵਲ ਹਿਸਟਰੀ ਸੀਗੀ ਸੋ ਦੋਸਤੋ ਤੁਹਾਡੇ ਵੀਜ਼ਾਸ ਤੁਹਾਡੀ ਐਪਲੀਕੇਸ਼ਨ ਜਿਹੜੀਆਂ ਲਗੀਆਂ ਹੋਈਆਂ ਆ ਟਿਲ ਜਨੂਅਰੀ ਤੋਂ ਲੈ ਕੇ ਹੁਣ ਤੱਕ ਰਿਜ਼ਲਟਸ ਕਿਸੇ ਵੀ ਟਾਈਮ ਆ ਸਕਦੇ ਨੇ ਚਾਹੇ ਉਹ ਹੋਟਲ ਬੁਕਿੰਗ ਤੇ ਨੇ ਚਾਹੇ ਉਹ ਸਪੌਂਸਰਸ਼ਿਪ ਕੇਸਿਸ ਨੇ ਅਗਰ ਤਾਂ ਹੋਟਲ ਬੁਕਿੰਗ ਤੇ ਟੂਰਿਜ਼ਮ ਵੀਜ਼ਾ ਵਾਸਤੇ ਤੁਸੀਂ ਵੀਜ਼ਾ ਅਪਲਾਈ ਕੀਤਾ ਹੋਇਆ ਆ ਤਾਂ ਇਤਮਾਨਨ ਰੱਖੋ ਵੇਟ ਕਰੋ ਰਿਜ਼ਲਟ ਆਊਗਾ ਰਿਜ਼ਲਟ ਜਾਂ ਤਾਂ ਰਿਫਿਊਜ਼ਲ ਹੈ ਤੇ ਜਾਂ ਅਪਰੂਵਲ ਹੈ ਤੁਹਾਨੂੰ ਵੀ ਪਤਾ ਆ ਬਟ ਹੋਪ ਫਾਰ ਦਾ ਬੈਸਟ ਇੱਥੇ ਕੁਝ ਲੋਕ ਪੁੱਛਦੇ ਹੁੰਦੇ ਨੇ ਕਿ ਸਰ ਸਾਡੇ ਬਾਇਓਮੈਟ੍ਰਿਕ ਖੱਲੇ ਹੋਣੇ ਡਿਊ ਨੇ ਅਸੀਂ ਅਸੀਂ ਫਾਈਲ ਅਪਲਾਈ ਹਲੇ ਕਰਨੀ ਆ ਅਸੀਂ ਬਾਇਓਮੈਟ੍ਰਿਕ ਡੇਟ ਪਹਿਲਾਂ ਚੱਕ ਸਕਦੇ ਆ ਯੈਸ ਤੁਸੀਂ ਬਾਇਓਮੈਟ੍ਰਿਕ ਦੀ ਡੇਟ ਹੈ ਉਹ ਪਹਿਲਾਂ ਪਿਕ ਕਰ ਸਕਦੇ ਹੋ ਲੇਕਿਨ ਫਾਈਲ ਉਸ ਤੋਂ ਇੱਕ ਹਫਤਾ 10 ਦਿਨ ਪਹਿਲਾਂ ਲੱਗੀ ਹੋਣੀ ਚਾਹੀਦੀ ਆ ਸੁਪੋਜ਼ ਕਰੋ ਤੁਸੀਂ ਬਾਇਓਮੈਟ੍ਰਿਕ ਡੇਟ ਚੱਕ ਲਈ ਹੈ 10 ਨਵੰਬਰ ਐਟ ਲੀਸਟ 1-2 ਨਵੰਬਰ ਤੱਕ ਫਾਈਲ ਲੱਗ ਜਾਵੇ ਤਾਂ ਕਿ ਤੁਹਾਨੂੰ ਬਾਇਓਮੈਟ੍ਰਿਕ ਇਨਸਟਰਕਸ਼ਨ ਲੈਟਰ ਆ ਜਾਵੇ ਕੁਝ ਲੋਕਾਂ ਦਾ ਸਵਾਲ ਹੁੰਦੇ ਨੇ ਕਿ ਸਰ ਅਸੀਂ ਪੁਰਾਣੀ ਫਾਈਲ ਜਨੂਅਰੀ ਫੈਬਰੂਰੀ ਲਗਾਈ ਹੋਈ ਆ ਰਿਜ਼ਲਟ ਹਲ ਤੱਕ ਨਹੀਂ ਆ ਰਿਹਾ ਅਸੀਂ ਆਪਣਾ ਟ੍ਰੈਵਲ ਪਲਾਨ ਜਾਂ ਆਪਣੇ ਫੰਡਿੰਗ ਜਾਂ ਬੈਂਕ ਸਟੇਟਮੈਂਟ ਅਪਡੇਟ ਕਰ ਦਈਏ ਦੋਸਤੋ ਜਦ ਤੱਕ ਆਈਐਸਸੀਸੀ ਡਿਮਾਂਡ ਨਹੀਂ ਕਰਦੀ ਤਦ ਤੱਕ ਆਪਣੀ ਫਾਈਲਾਂ ਛੇੜਖਾਨੀ ਨਾ ਕਰੋ ਜਿਨ੍ਹਾਂ ਲੋਕਾਂ ਦੇ ਸਪான்ਸਰ ਕੇਸਿਸ ਨੇ ਯਾਨੀ ਕਿ ਮਮ ਡੈਡ ਉੱਥੇ ਨੇ ਜਾਂ ਬ੍ਰਦਰ ਸਿਸਟਰ ਰੀਅਲ ਬ੍ਰਦਰ ਸਿਸਟਰ ਉੱਥੇ ਹੈਗੇ ਆ ਉਸ ਸਪான்ਸਰ ਕੇਸ ਲਗਾ ਚੁੱਕੇ ਨੇ ਔਰ ਹੁਣ ਦੁਬਾਰਾ ਲਗਾਉਣਾ ਚਾਹੁੰਦੇ ਨੇ ਕਿਉਂਕਿ ਰਿਜ਼ਲਟ ਨਹੀਂ ਆ ਰਿਹਾ ਤੇ ਯੈਸ ਉਹ ਲੋਕ ਆਪਣਾ ਟਰਾਈ ਕਰ ਸਕਦੇ ਨੇ ਨਵੇਂ ਪੋਰਟਲ ਦੇ ਵਿੱਚ ਹੁਣ ਸੈਕੰਡਲੀ ਦੋਸਤੋ ਇਹਨਾਂ ਲੋਕਾਂ ਨੂੰ ਮੈਂ ਅਪਰੂਵਲ ਸੈਂਡ ਕੀਤੀ ਹੋਈ ਆ ਇਹ ਹੁਣ ਜਦੋਂ VFS ਚ ਜਾਣਗੇ ਉੱਥੇ ਪਾਸਪੋਰਟ ਤੇ ਸਟicker ਲੱਗ ਜਾਏਗਾ ਥੈਨ ਇਹ ਲੋਕ ਆਪਣਾ ਐਕਸਪੀਰੀਅੰਸ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਗੇ ਇਨਫੈਕਟ ਮੈਂ ਫਿਰ ਦੁਬਾਰਾ ਉਸ ਟਾਈਮ ਵੀਜ਼ਿਆਂ ਦੀ ਕਾਪੀ ਦੇ ਸਮੇਤ ਇੱਕ ਹੋਰ ਵੀਡੀਓ ਜ਼ਰੂਰ ਲੈ ਕੇ ਆਉਂਗਾ ਔਰ ਇਸ ਤੋਂ ਇਲਾਵਾ ਦੋਸਤੋ ਨਵੇਂ ਪੋਰਟਲ ਨੂੰ ਲੈ ਕੇ ਲੋਕਾਂ ਦੇ ਬੜੇ ਸਵਾਲ ਨੇ ਲੋਕ ਕੰਫਿਊਜ਼ਡ ਵੀ ਬਹੁਤ ਨੇ ਉਹਦੇ ਤੇ ਮੈਂ ਇੱਕ ਵੱਖਰੀ ਵੀਡੀਓ ਤਿਆਰ ਕਰੂੰਗਾ ਥੋੜਾ ਵੇਟ ਕਰ ਲਓ ਮੇਬੀ 2-3 ਡੇਜ਼ ਦੇ ਅੰਦਰ-ਅੰਦਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਇੱਕ ਨਿਊ ਵੀਡੀਓ ਬਣਾਵਾਂ ਨਵੇਂ ਪੋਰਟਲ ਨੂੰ ਪ੍ਰੋਪਰਲੀ ਚੰਗੇ ਤਰੀਕੇ ਨਾਲ ਐਕਸਪਲੇਨ ਕਰਾਂ ਤੁਹਾਨੂੰ ਸਾਰਿਆਂ ਨੂੰ ਸਮਝ ਆ ਜਾਵੇ ਕਿ ਨਵੇਂ ਪੋਰਟਲ ਦੇ ਵਿੱਚ ਕਿਹੜਾ ਬੰਦਾ ਅਪਲਾਈ ਕਰੇਗਾ ਤੇ ਕਿਹੜਾ ਬੰਦਾ ਨਹੀਂ ਕਰੇਗਾ ਵੀਜ਼ਾ ਹਬਦੁਲਲਾ ਪਿਆਰ ਬਖਸ਼ਣ ਦੋਸਤੋ ਬਹੁਤ-ਬਹੁਤ ਸ਼ੁਕਰੀਆ ਐਂਡ ਮੈਂ ਇੱਕ ਵਾਰੀ ਫਿਰ ਇਹੀ ਗੱਲ ਕਹੂੰਗਾ ਕਿ ਪਲੀਜ਼ ਕਾਈਂਡਲੀ ਬੀ ਪੇਸ਼ੈਂਟ ਜਿਹੜਾ ਲੋਕਾਂ ਨੇ ਟੂਰਿਸਟ ਵੀਜ਼ਾ ਹੋਟਲ ਬੁਕਿੰਗ ਦੇ ਫਾਈਲ ਅਪਲਾਈ ਕੀਤੀ ਹੋਈ ਹੈ ਉਹ ਲੋਕ ਇਤਮਾਨ ਰੱਖਣ ਆਉਣ ਵਾਲੇ ਸਮੇਂ ਦੇ ਵਿੱਚ ਰਿਜ਼ਲਟ ਆਉਗੇ ਰਿਜ਼ਲਟ ਆਨੇ ਸ਼ੁਰੂ ਹੋ ਗਏ ਨੇ ਥੈਂਕ ਯੂ ਸੋ ਮਚ ਦੋਸਤੋ ਨਾ ਪਿਆਰ ਬਖਸ਼ਣ ਲਈ ਤੁਹਾਡਾ ਆਪਣਾ ਦੋਸਤ ਰਣਜੀਤ ਸਿੰਘ ਰਿਹਲ ਫਰੋਮ ਵੀਜ਼ਾ ਹੱਬ ਇਮੀਗ੍ਰੇਸ਼ਨ ਸ਼ੁਕਰੀਆ